لوکاں نے ਉਧਰ ਹੀ ਮਤਲਬ ਮਿਲਦਾ ਹੈ ਟ੍ਰੇਲਰ ਦੇ ਥੱਲੇ ਕਾਫੀ ਜਿਆਦਾ ਕਮੈਂਟs ਆ ਕਿ ਇਹ Song ਕਬ ਆ ਰਹਾ ਹੈ ਮਤਲਬ ਬਹੁਤ ਹਿੰਦੀ ਵਾਲੇ ਮੈਸੇਜ ਨੇ ਉਹ ਪੜ ਕੇ ਚੰਗਾ ਲੱਗਦਾ ਹੁੰਦਾ ਪੰਜਾਬ ਪੰਜਾਬੀ ਵਾਲੇ ਸੋ ਉਹ ਸੀ ਕਿ ਮੈਂ ਕਹਿਆ ਯਾਰ ਠੀਕ ਹੈ ਲੋਕਾਂ ਨੂੰ ਉਧਰ ਵੀ ਵਧੀਆ ਪਰ ਜਦੋਂ ਫਿਰ ਗਾਣਾ ਗੀਤ ਆਇਆ ਤੇ ਗੀਤ ਬਹੁਤ ਵਧੀਆ ਗਿਆ ਅੱਜ ਚ ਰਹਿਣ ਦੀ ਜਿਆਦਾ ਆਦਤ ਆ ਪਿਛੋ ਮੈਂ ਜ਼ਿਆਦਾ ਸਿੱਖਦਾ ਵਾਂ ਪਰ ਮੈਨੂੰ ਅੱਜ ਦਾ ਜਿਵੇਂ ਅੱਜ ਐਲਬਮ ਆਰੀ ਮੈਂ ਉਹਦੇ ਉੱਤੇ 100% ਰਹਿਣਾ ਫੀਚਰ ਨਾਲ ਮੈਨੂੰ ਜ਼ਿਆਦਾ ਹੁੰਦਾ ਕਿ ਯਾਰ ਆ ਗਾਣਾ ਇਦਾਂ ਦਾ ਬਣਾਉਣਾ ਕਿ ਸਾਲਾਂ ਦੇ ਸਾਲ ਚੱਲੇ ਦੀਵਾਨਾ ਐਲਬਮ ਆ ਰਹੀ ਹੈ ਮੇਰੀ ਆਵਾਰਾ ਵੀ ਆ ਗਈ ਆ ਪਾਗਲ ਵੀ ਆ ਗਈ ਹੁਣ ਦੀਵਾਨਾ ਆ ਰਹੀ ਕੋਈ ਕੋਈ ਸਹੀ ਨਹੀਂ ਹੈ ਬੰਦਾ ਕਹਿੰਦੇ ਨੇ ਕਿ ਮਿਹਨਤ ਕਰੋ ਨਾ ਤਾਂ ਜ਼ਿੰਦਗੀ ਬਦਲ ਸਕਦੀ ਹੈ ਤੇ ਕਹਿੰਦੇ ਨੇ ਕਿ ਚੰਗੀ ਰੂਨਾ ਕੰਟੈਂਟ ਬਣਾਓ ਤਾਂ ਲੋਕ ਉਸਨੂੰ ਪਸੰਦ ਕਰਦੇ ਨੇ ਤੇ ਇਹ ਜਿਹੜੀ ਗੱਲ ਹੈ ਨਾ ਗੁਰ ਸ਼ਬਦ ਉੱਤੇ ਬੇਸ਼ੱਕ ਟੁਕਦੀ ਹੈ ਤੇ ਮੈਂ ਇਹ ਕਹਿ ਸਕਦਾ ਕਿ ਮਿਹਨਤਾਂ ਦੀ ਉਡਾਰੀ ਐਸੀ ਹੈ ਕਿ ਫਿਲਮਾਂ ਚੱਲ ਗਿਆ ਗਾਣੇ ਚੱਲ ਗਏ ਤੇ ਹੁਣ ਤਾਂ ਐਲਬਮ ਵੀ ਆ ਰਹੀ ਹੈ ਵੈਲਕਮ ਟੂ এবੀਪੀ ਵੀਰੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਐਂਡ ਥੈਂਕ ਯੂ এবੀਪੀ ਮੇਰਾ ਪੁਰਾਣਾ ਚੈਨਲ ਤਾਂ ਦੋਆ ਕਿ ਸਾਡੇ ਦਾ ਪ੍ਰਾਣੀ ਸਾਂਝ ਹੈ दैट ਇਹਨਾਂ ਦਾ ਵੀ ਕਿਸੇ ਨਾ ਕਿਸੇ ਸਾਡੇ ਨਾਲ ਇੱਕ ਰਿਹਾ ਕਨੈਕਸ਼ਨ ਹੈ ਨਾ ਜਦੋਂ ਏਬੀਪੀ ਸਾਂਝਾ ਬਣਿਆ ਉਦੋਂ ਅਸੀਂ ਸਾਰੇ ਇਕੱਠੇ ਸੀਗੇ ਕਿਉਂਕਿ ਮਤਲਬ ਸਾਰਿਆਂ ਨੇ ਇਕੱਠਿਆਂ ਸ਼ੁਰੂ ਕਰਕੇ ਇਹਦਾ ਨਾਮ ਵੀ ਮੈਨੂੰ ਪਤਾ ਹੈ ਕਿ ਪਰਚੀਆਂ ਪਈਆਂ ਸੀ ਕਿ ਆਹ ਰੱਖੀ ਆਹ ਰੱਖੀ ਆਹ ਰੱਖੀ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਬਿਲਕੁਲ ਬਿਲਕੁਲ ਗੁੱਡ ਸ਼ਾਬਾਸ਼ ਵੀਰੇ ਜਦ ਅਪਾ ਵੇਖਦੇ ਹਾਂ ਕਹਿੰਦੇ ਨੇ ਨਾ ਕਿ ਹਰ ਇੱਕ ਨੇ ਸੁਪਨਾ ਵੇਖਿਆ ਹੁੰਦਾ ਕਿ ਇੰਡਸਟਰੀ ਦੇ ਵਿੱਚ ਕੁਝ ਕਰ ਲਈਏ ਠੀਕ ਹੈ ਲੇਕਿਨ ਜਦ ਅਸੀਂ ਤੁਹਾਨੂੰ ਦੇਖਦੇ ਹਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਯਾਰ ਇਹ ਬੰਦੇ ਨੇ ਹੀ ਸੋਚਿਆ ਸੀ ਤੇ ਇਹੀ ਕੁਝ ਹੋਇਆ ਤੇ ਫਾਈਨਲੀ ਉਹ ਮੋਮੈਂਟ ਕਦੋਂ ਆਇਆ ਸਭ ਤੋਂ ਪਹਿਲਾਂ ਜਾਨਣਾ ਚਾਹਜਾ ਤੁਹਾਨੂੰ ਲੱਗਾ ਕਿ ਹਾਂ ਯਾਰ ਕੁਝ ਬ ਆਇਆ ਇਹੋ ਹੀ ਆ ਕਿ ਜਦੋਂ ਫਿਲਮ ਆਈ ਚੱਲ ਮੇਰਾ ਪੁੱਤ ਤੇ ਮੈਂ ਪਹਿਲੀ ਵਾਰੀ ਆਪਣੇ ਆਪ ਨੂੰ ਮਤਲਬ ਇੰਨਾ ਲੰਬਾ ਕਿਰਦਾਰ ਕਰਨਾ ਹੈ ਪਹਿਲੇ ਛੋਟੇ ਛੋਟੇ ਕਿਰਦਾਰ ਕੀਤੇ ਸੀ ਹਨ ਗੀਤ ਵੀ ਗਾਏ ਸੀਗੇ ਗੀਤ ਜਦੋਂ ਹੁੰਦੇ ਗੀਤ ਦਾ ਸਿਸਟਮ ਹੋਰ ਆ ਕਿ 3 ਮਿੰਟ ਤੁਹਾਨੂੰ ਕਿਸੇ ਨੇ ਸਕਰੀਨ ਤੇ ਵੇਖਣਾ ਤੇ 2 ਘੰਟੇ ਵੇਖਣਾ ਬਹੁਤ ਫਰਕ ਹੁੰਦਾ ਸੋ ਜਦੋਂ ਪਹਿਲੀ ਫਿਲਮ ਆਈ ਚੱਲ ਮੇਰਾ ਪੁੱਤ ਤੇ ਮੈਨੂੰ ਜਦੋਂ ਸਾਰਿਆਂ ਲੋਕਾਂ ਨੇ ਜਿਹੜੇ ਆਪਣੇ ਬੇਸਿਕਲੀ ਖਾਸ ਬੰਦੇ ਜਦੋਂ ਤੁਹਾਡੀ ਤਾਰੀਫ ਕਰਨਾ ਉਦੋਂ ਮਜ਼ਾ ਆਉਂਦਾ ਸੋ ਤੁਹਾਡੇ ਆਪਣੇ ਬੰਦੇ ਮੇਰੀ ਬਹੁਤ ਵਧੀਆ ਲੱਗਾ ਜਦੋਂ ਸਭ ਨੇ ਕਿਹਾ ਸੋ ਆਪਣੇ ਅੰਦਰੋਂ ਜੀ ਥੋੜੀ ਜਿਹੀ ਫੀਲਿੰਗ ਜੀ ਆਈ ਉਦੋਂ ਕਿਆ ਬਾਤ ਹੈ ਸੇ ਨਾ ਤੇ ਮੈਂ ਤੁਹਾਨੂੰ ਦੱਸਾਂ ਕਿ ਜਿੱਦਾਂ ਮੈਂ ਤੁਹਾਨੂੰ ਜਾਣਦਾ ਸੀਗਾ ਉਸ ਵੇਲੇ ਮੈਂ ਇੱਕ ਗਾਣਾ ਸੁਣਿਆ ਸੀ ਜਿਹੜਾ ਮੇਰਾ ਉਸ ਟਾਈਮ ਦਾ ਹੁਣ ਤੱਕ ਫੇਵਰੇਟ ਹੈ ਉਹ ਹੈਗਾ ਮਿਲਣੇ ਦੀ ਰੁੱਤ ਠੀਕ ਹੈ ਉਹ ਗਾਣਾ ਨਾ ਲਾਈਕ ਬੈ ਕੇ ਕਦੇ ਸੁਣਿਆ ਜਾਵੇ ਤਾਂ ਮੈਂ ਕਹਿੰਦਾ ਅਗਰ ਜੇ ਤੁਸੀਂ ਨਹੀਂ ਸੁਣਿਆ ਗੁਰ ਸ਼ਬਦ ਆਉਗੀ ਤਾਂ ਜ਼ਰੂਰ ਸੁਣਿਓ ਕਿਉਂਕਿ ਵਨ ਆਫ ਦਾ ਫਾਈਨੇਸਟ ਨੰਬਰਸ ਤੁਹਾਡੇ ਵੱਲੋਂ ਹੈ ਗੱਲਾਂ ਮੈਂ ਕਰਨਾ ਚਾਹੁੰਦੀ ਬਾਵਾ ਵਿੱਚ ਪਰਨਾ ਚਾਹੁੰਦੀ ਹਾਂ ਨੈਣਾ ਵਿੱਚ ਤਰਨਾ ਚਾਹੁੰਦੀ ਸਜਣਾ ਮੈਂ ਕਰਨਾ ਚਾਹੁੰਦੀ ਤੇਰੇ ਤੇ ਮਾਨ ਵੇ ਮਿਲਣੇ ਦੀ ਹੁਣ ਰੁੱਤ ਸਜਣਾ ਆਵੇਂਗਾ ਕਦ ਜਦ ਸਾਡੀ ਨਿਕਲ ਗਈ ਜਾਨ ਵੇ ਮਿਲਣੇ ਦੀ ਹੁਣ ਰੁੱਤ ਸੱਜਣਾ ਇਹ ਗੀਤ ਮੈਂ ਕਹਿੰਦਾ ਸਟਰਗਲਿੰਗ ਦਿਨ ਆਦਾ ਹੈਗਾ ਹੈਨਾ ਪਹਿਲਾ ਮਤਲਬ ਦੂਜਾ ਕੀ ਸੀਗਾ ਪਹਿਲਾ ਮੇਰੀ ਵਾਰ ਆਈ ਸੀ ਐਮ ਇ ਮੀਨ ਤੇ ਦੁੱਜਾ ਗੀਤ ਸੀਗਾ ਖਣੀ ਕੀ ਬਾਤ ਹੈ ਤੇ ਹੁਣ ਜਦ ਰੀਵਿਜ਼ਿਟ ਕਰਦੇ ਹੁਣ ਜਦ ਮੈਂ ਕਹਿੰਦਾ ਸਾਰਾ ਤੁਹਾਡੇ ਵਾਸਤੇ ਗੇਮ ਚੇਂਜਰ Song ਦਾ ਸੈਲਫੀ ਬਣਿਆ ਸੀਗਾ ਗੋਲਕ ਬੁਗਣੀ ਬੈਂਕ ਤੇ ਬਟੂਆ ਦਾ ਜਿਹੜਾ ਕਿ ਪੈਨ ਇੰਡੀਆ ਪੈਨ ਇੰਡੀਆ ਟੱਪੇ ਵੀ ਹਾਂ ਟੱਪੇ ਵੀ ਹਾਂ ਪਰ ਸੈਲਫੀ ਥੋੜਾ ਜਿਆਦਾ ਪੈਨ ਇੰਡੀਆ ਚੱਲਿਆ ਸੀ ਹਾਂ ਜੀ ਹਾਂ ਜੀ ਤੇ ਜਦ ਲਾਈਕ ਸੈਲਫੀ ਰਿਲੀਜ਼ ਹੋਇਆ ਕਿੰਨੇ ਕੇ ਟਾਈਮ ਬਾਅਦ ਪਤਾ ਲੱਗਿਆ ਸੀਗਾ ਕਿ ਹੁਣ ਫਾਈਨਲੀ ਮੇਰੀ ਜਿਹੜੀ 뮤직 ਦੀ ਗੱਡੀ ਹੈ ਉਹ ਅਲੱਗ ਤਰੀਕੇ ਨਾਲ ਤੁਰ ਪਈ ਹੈ ਬਿਲਕੁਲ ਜਦੋਂ ਸੈਲਫੀ ਦੀ ਜਦੋਂ ਪਹਿਲੀ ਲਾਈਨ ਆਈ ਸੀ ਨਾ ਜਦੋਂ ਮੈਂ ਕਿਹਾ ਕਿ ਇਹ Song ਕਬ ਆ ਰਹਾ ਮਤਲਬ ਮਤਲਬ ਹਿੰਦੀ ਵਾਲੇ ਮੈਸੇਜ ਨਾ ਉਹ ਪੜ ਕੇ ਚੰਗਾ ਲੱਗਦਾ ਹੁੰਦਾ ਪੰਜਾਬ ਪੰਜਾਬੀ ਵਾਲੇ ਸੋ ਉਹ ਸੀ ਕਿ ਮੈਂ ਕਿਹਾ ਯਾਰ ਠੀਕ ਹੈ ਲੋਕਾਂ ਨੂੰ ਉਧਰ ਵੀ ਵਧੀਆ ਪਰ ਜਦੋਂ ਫਿਰ ਗਾਣਾ ਗੀਤ ਆਇਆ ਤੇ ਗੀਤ ਬਹੁਤ ਵਧੀਆ ਗਿਆ ਮਤਲਬ ਮੈਨੂੰ ਲੱਗਦਾ ਕਿ ਜਿਵੇਂ ਹੁੰਦਾ ਨਾ ਕਿ ਮੈਂ ਹੀ ਤਿੰਨ ਚਾਰ ਜਿੱਦਾਂ ਸੁਣ ਲਿਆ ਪਹਿਲੇ ਦਿਨ ਪਹਿਲੇ ਦਿਨ ਦੇ ਵਿੱਚ ਜਿਵੇਂ ਗੱਡੀ ਕੋਈ ਜਾ ਰਹੀ ਹੈ ਲਾਗੋ ਲੰਗਦੀ ਹੈ ਉਹਦੇ ਵਿੱਚ ਸੁਣ ਲਿਆ ਪਰ ਬਹੁਤ ਵਧੀਆ ਫੀਲ ਆਇਆ ਕਿ ਯਾਰ ਠੀਕ ਹੈ ਕੋਈ ਚੀਜ਼ ਤੁਸੀਂ ਬਣਾਈ ਆ ਤੇ ਲੋਕ ਉਹਨੂੰ ਪਸੰਦ ਕਰ ਰਿਹਾ ਸੋ ਟੀਮ ਨੂੰ ਵੀ ਉਹਨੇ ਫਿਲਮ ਨੂੰ ਵੀ ਕਾਫੀ ਉਹ ਗੀਤ ਲਈ ਬਣਾਇਆ ਗਿਆ ਸੀ ਕਿ ਜਦੋਂ ਗੀਤ ਬਣ ਰਿਹਾ ਸੀ ਤੁਸੀਂ ਕਿਹਾ ਇਹ ਮੈਂ ਗਾਉਣਾ ਹੈ ਉਹ ਗੀਤ ਮੈਂ ਬਣਾਇਆ ਸੀ ਮੈਂ ਤੇ ਸ਼ਾਹ ਜੀ ਨੇ ਮੈਂ ਸ਼ਾਹ ਜੀ ਦੇ ਘਰੇ ਸੀਗਾ ਤੇ ਮੈਂ ਸ਼ਾਹ ਜੀ ਨੂੰ ਕਿਹਾ ਮੈਂ ਕਿਹਾ ਸ਼ਾਹ ਜੀ ਇੱਕ ਗੀਤ ਆ ਉਹਨੂੰ ਆਪਾਂ ਡੱਬ ਕਰਕੇ ਵੇਖੀਏ ਸੋ ਸ਼ਾਹ ਜੀ ਨੇ ਡੱਬ ਕੀਤਾ ਔਰ ਉਹ ਡੱਬ ਹੋਣ ਤੋਂ ਬਾ ਸੋ ਸਿੰਗਲ ਟਰੈਕ ਕਰਨਾ ਸੀ ਸਿੰਗਲ ਟਰੈਕ ਦਾ ਸ਼ੂਟ ਮਿੱਥਿਆ ਗਿਆ ਇਥੇ ਫੋਰੈਸਟ ਹਿੱਲ ਚ ਪਰ ਮੈਨੂੰ ਕਿਸੇ ਨੇ ਕੰਮ ਕਰਕੇ ਨਿਊਜ਼ੀਲੈਂਡ ਜਾਣਾ ਪਿਆ ਸ਼ੋ ਸੀਗਾ ਤੇ ਉਹਦੇ ਕਰਕੇ ਫਿਰ ਉਹ ਉਹਨੇ ਚ ਇਹਨੂੰ ਫਿਲਮ ਰੈਡੀ ਹੋ ਗਈ ਫਿਰ ਉਹ ਕਹਿੰਦੇ ਫਿਲਮ ਚ ਪਾ ਲਈਏ ਮੈਂ ਕਿਹਾ ਪਾ ਲੋ ਸੋ ਫਿਰ ਫਿਲਮ ਚ ਪੈ ਗਿਆ ਸੋ ਤੇ ਉਹ ਇੰਨਾ ਹਿੱਟ ਹੋ ਗਿਆ ਕਿ ਸਾਰੇ ਨੇ ਕਿਹਾ ਹੋਣਾ ਕਿ ਕੀ ਬਾਤ ਹੈ ਹੈਨਾ ਜੀ ਬਹੁਤ ਵਧੀਆ ਬਿਲਕੁਲ ਮੈਂ ਤਾਂ ਬਹੁਤ سارے ਗਾਣੇ ਸੁਣਨੇ ਤੁਹਾਡੇ ਤੋਂ ਹਾਂ ਜੀ ਬਿਲਕੁਲ ਦੂਰ ਖੜਾ ਖੜਾ ਕਾ ਤੋ ਜਾਣੈ ਸੰਗੀ ਵੇ ਮੈਂ ਮੇਰੇ ਮਾਪਿਆਂ ਤੇਰੇ ਨਾ ਮੰਗੀ ਵੇ ਵੇ ਤੂੰ ਮੁੰਡਿਆਂ ਚ ਮੋਰੀ ਮੈਂ ਵੀ ਕੁੜੀਆਂ ਚ ਟੌਰੀ ਆ ਜਾ ਬੋਲੀਆਂ ਪਾਈਏ ਅੜ ਅੜ ਕੇ ਵਲੇ ਜੱਟਾ ਖਿੱਚ ਸੈਲਫੀ ਜੱਟੀ ਨੱਚੂਗੀ ਤੇਰੀ ਬਾ ਤੇਰੀ ਵਾ ਫੜ ਕੇ ਵਲੇ ਜੱਟਾ ਖੱਚ ਸੈਲਫੀ ਕੀ ਬਾਤ ਹੈ ਵੈਸੇ ਲਾਈਕ ਜਦ ਗਾਣਾ ਸੁਣਦੇ ਆ ਜਾਂ ਫਿਰ ਤੁਹਾਡੀ ਅਦਾਕਾਰੀ ਦੇਖਦੇ ਆ ਤਾਂ ਜਦ ਤੁਸੀਂ ਕਹਿੰਦੇ ਕਿ ਇੱਕ ਸਟਰਗਲਿੰਗ ਪੀਰੀਅਡ ਯਾਦ ਆਉਂਦਾ ਹੈ ਉਸ ਟਾਈਮ ਕਿਹੋ ਜਿਹਾ ਲੱਗਦਾ ਹੈ ਕਿ ਹਾਂ ਯਾਰ ਫਾਈਨਲੀ ਮੈਂ ਕਿਤੇ ਹੌਲੀ ਹੌਲੀ ਪਹੁੰਚ ਰਿਹਾ ਅੰਦਰੋਂ ਕੰਪਲੈਕਸ ਅਕੰਪਲਿਸ਼ਮੈਂਟ ਵਾਲੀ ਫੀਲਿੰਗ कैसी ਆ ਬਹੁਤ ਵਧੀਆ ਫੀਲਿੰਗ ਹੁੰਦਾ ਬੇਸਿਕਲੀ ਇੱਕ ਵੀ ਗੱਲ ਹੁੰਦੀ ਆ ਆਪਾਂ ਕਈ ਵਾਰੀ ਕਹਿਣ ਕਰਕੇ ਕਹਿ ਦਿੰਨੇ ਕਿ ਉਦੋਂ ਆ ਹੋਇਆ ਔਰ ਮੈਨੂੰ ਪਰਸਨਲੀ ਮੈਨੂੰ ਹੁਣ ਅੱਜ ਚ ਰਹਿਣ ਦੀ ਜ਼ਿਆਦਾ ਆਦਤ ਆ ਪਿੱਛੋਂ ਮੈਂ ਜ਼ਿਆਦਾ ਸਿੱਖਦਾ ਵਾਂ ਪਰ ਮੈਨੂੰ ਅੱਜ ਦਾ ਜਿਵੇਂ ਅੱਜ ਐਲਬਮ ਆਰੀ ਮੈਂ ਉਹਦੇ ਉੱਤੇ 100% ਰਹਿਣਾ ਕਿਉਂਕਿ ਮੈਂ ਬਹੁਤਾ ਇਹ ਨਹੀਂ ਸੋਚਦਾ ਕਿ ਯਾਰ ਪਿੱਛੇ ਮੈਂ ਆ ਬਹੁਤਾ ਨਹੀਂ ਮੈਂ ਚਿੰਤਾਵਾ ਟੈਨਸ਼ਨਾਂ ਜਾਂ ਬਹੁਤੀਆਂ ਸੋਚਾਂ ਚ ਨਹੀਂ ਪੈਂਦਾ ਹਮੇਸ਼ਾ ਹੀ ਇਸੀ ਚ ਰਹਿਣਾ ਕਿ ਅੱਗੇ ਕੀ ਕਰਨਾ ਉਹ ਤੇ ਨੰਗਿਆ ਪਰ ਹਾਂ ਉਤੋਂ ਸਿੱਖਦਾ ਜ਼ਰੂਰ ਹਾਂ ਕਿ ਜੋ ਮੈਂ ਕੀਤਾ ਉਹ ਤੋਂ ਸਿੱਖਾ ਜ਼ਰੂਰ ਦਿਵਾਨਾ ਆ ਰਿਹਾ ਹੈ ਨਾ ਮਨ ਆ ਰਿਹਾ ਯਾ ਦਿਵਾਨਾ ਐਲਬਮ ਆ ਰਹੀ ਹੈ ਮੇਰੀ ਆਵਾਰਾ ਵੀ ਆ ਗਈ ਆ ਪਾਗਲ ਵੀ ਆ ਗਈ ਹੁਣ ਦਿਵਾਨਾ ਆ ਰਹੀ ਕੋਈ ਕੋਈ ਸਹੀ ਨਹੀਂ ਹੈ ਬੰਦਾ ਕੋਈ ਨਹੀਂ ਸਹੀ ਇਥੇ ਜੈਂਟਲਮੈਨ ਐਲਬਮ ਕੱਢ ਲਓ ਯਾਰ ਐਲਬਮ ਦਾ ਨਾਮ ਜੈਂਟਲਮੈਨ ਰੱਖ ਲੈ ਪੰਜਾਬ ਵਿੱਚ ਕਿਸੇ ਨੇ ਨਹੀਂ ਸੁਣੀ ਇਹ ਬਹੁਤ ਵੱਡਾ ਪੁਆਇੰਟ ਹੈ ਵੈਸੇ ਲੇਕਿਨ ਇਹ دیਵਾਨਾ ਕਿਹਦਾ ਹੈ ਰੋਮਾਂਟਿਕ ਹੋਣ ਵਾਲਾ ਹੈ ਦਿਲ ਤੋੜਨ ਵਾਲਾ دیਵਾਨਾ ਹੈਗਾ ਤੇਰੀ ਦੋ ਲਾਈਨਾਂ ਸੁਣਾਉਣਾ ਪਲੀਜ਼ ਪਲੀਜ਼ ਹੂੰ ਤੇਰਾ ਕੌਣ ਨਹੀਂ دیਵਾਨਾ ਦੱਸ ਖਾਂ ਖਾਰੇ ਤੇਰੀ ਕੀ ਪਸੰਦ ਗੋਰੀਏ ਬੰਦਾ ਤੱਕ ਲੈ ਤੇ ਗੁੰਮ ਹੀ ਜਾਵੇ ਅੱਖਾਂ ਤੇਰੀਆਂ ਸਰੰਗ ਗੋਰੀਏ ਆ ਘੜੀਆਂ ਕੁੜੀਆਂ ਲਾ ਕੇ ਮਿਲ ਤੇ ਖੁੱਲਾ ਟਾਈਮ ਬਿਤਾ ਦੀਦ ਤੇਰੀ ਦੇ ਰੋਗੀਆਂ ਤੇ ਦੇ ਦੇ ਕੋਈ ਦੁਆ ਜਦੋਂ ਹੋਵੇ ਤੈਨੂੰ ਕੋਲੋਂ ਵੇਖਣਾ ਨੀ ਕੱਖਾਂ ਕਰ ਲਈਏ ਬੰਦ ਗੋਰੀਏ ਤੇਰਾ ਕੌਣ ਨਹੀਂ دیਵਾਨਾ ਦੀਵਾਨਾ ਹੈ ਜੀ ਕੀ ਬਾਤ ਹੈ ਯਾਨੀ ਕਿ ਬਹੁਤ ਇੱਕ ਲੈਮੇ ਅਰਬਨ ਫੀਲ ਜਿਹੜਾ ਹੈਗਾ ਅੱਜ ਦੇ ਐਲਬਮ ਦਾ ਹੀ ਅਰਬਨ ਫੀਲ ਆ ਬੇਸਿਕਲੀ ਇਹ ਸਾਰੀ ਐਲਬਮ ਪੈਨ ਇੰਡੀਆ ਸੋਚ ਕੇ ਦੋ ਤਿੰਨ ਗੀਤ ਦੋ ਤਿੰਨ ਗੀਤ ਜਿਹੜੇ ਪੰਜਾਬ ਨੂੰ ਪਰ ਸਾਰਿਆਂ ਨੂੰ ਪਰ ਪੋਇਟਿਕ ਹੈ ਐਲਬਮ ਆ ਤਾਂ ਕਿ ਸਾਰਿਆਂ ਨੂੰ ਸਮਝ ਆ ਸਕੇ ਅੱਛਾ ਤੇ 뮤직 ਕਿਦਾ ਹੋਣ ਵਾਲਾ ਇਸ ਐਲਬਮ ਦੇ ਵਿੱਚ ਇਹ ਚ 뮤직 ਆਪਣਾ ਕਿਡ ਸੈਨ ਬੀ ਐਂਡ ਮਰਸੀ ਜੇ ਬੀ ਐਂਡ ਮੋ ਫਿਊਜ਼ਨ ਚਾ ਤੇ ਕੁਝ ਵੀਡੀਓ ਗੀਤ ਰਿਲੀਜ਼ ਕਰੂੰਗਾ ਜਾਂ ਪਹਿਲਾਂ ਸੇ ਫੋਡੀਓ ਐਲਬਮ ਆਈ ਕਿਵੇਂ ਸ਼ੁਰੂ ਕਰ ਸੱਤ ਨੂੰ ਅਸੀਂ ਆਡੀਓ ਡ੍ਰੌਪ ਕਰ ਰਹੇ ਹਾਂ ਐਂਡ 8 ਜਾਂ 9 ਨੂੰ ਅਸੀਂ ਸੇਮ ਟਾਊਨ ਗਾਣਾ ਇੱਕ ਜਿਹੜਾ ਡੀਨ ਵੜਿੰਗ ਨੇ ਲਿਖਿਆ ਉਹਦੀ ਕਰ ਰਹੇ ਆ ਵੀਡੀਓ ਰਿਲੀਜ਼ ਐਂਡ ਇਹਦੇ ਜਿਹੜੇ ਰਾਈਟਰ ਨੇ ਉਹਨੇ ਬਨੀ ਜੋਲ ਡੀਨ ਐਂਡ ਰਮਨ ਲਕੇਸ਼ਰ ਅਮਨ ਜੀ ਸੋ ਇਹ ਸਾਰਿਆਂ ਨੇ ਗੀਤ ਲਿਖਿਆ ਵਿੱਚ ਕਿਆ ਬਾਤ ਤੇ ਇਹਦੇ ਵਿੱਚ ਹੁਣ ਕੁਝ ਸਾਰੇ ਵੀਡੀਓ ਸ਼ੂਟ ਹੋ ਗਏ ਨੇ ਕਿ ਹਲੇ ਇੱਕ ਵੀਡੀਓ ਸ਼ੂਟ ਹੋਇਆ ਦੋ ਵੀਡੀਓ ਸ਼ੂਟ ਹੋਇਆ ਜੀ دیਵਾਨਾ ਐਂਡ ਅ ਸੇਮ ਟਾਊਨ ਰਾਈਟ ਤੇ ਹੁਣ ਕੁਝ ਖਾਸ ਫੀਚਰਿੰਗਸ ਵੀ ਹੋਣ ਵਾਲੀਆਂ ਨੇ ਜਾਂ ਫਿਰ ਗੁਰਸ਼ਬਦ ਆਪਣੇ ਕਮਾਲ ਦੇ ਬਾਲਾਂ ਦੇ ਨਾਲ ਦੇਖਣ ਵਾਲਾ ਮੈਂ ਇਕੱਲਾ ਹੀ ਆ ਜੀ ਵਿੱਚ ਮੈਂ ਆਪ ਹੀ ਆ ਰਿਹਾ ਮੈਂ ਵਿੱਚ ਬਟ ਲਾਈਕ ਤਮੰਨਾ ਕੀ ਨੇ ਲਾਈਫ ਦੇਖਿਆ ਨਾ ਗੀਤ ਬਣਾਉਂਦੇ ਬਣਾਉਂਦੇ ਹੁੰਦਾ ਯਾਰ ਮੈਂ ਇਸ ਬੰਦੇ ਨੂੰ ਫੀਚਰ ਕਰਾਣਾ ਕੋਈ ਹੈਗਾ ਮਨ ਕਿ ਇਸ ਬੰਦੇ ਨਾਲ ਮੈਂ ਫੀਚਰਿੰਗ ਕਰਵਾਣੀ ਕਰਵਾਣੀ ਮੈਨੂੰ ਜ਼ਿਆਦਾ ਇਹ ਹੁੰਦਾ ਕਿ ਫੀਚਰ ਨਾਲੋਂ ਮੈਨੂੰ ਜ਼ਿਆਦਾ ਹੁੰਦਾ ਇਦਾਂ ਦਾ ਬਣਾਉਣਾ ਕਿ ਸਾਲਾਂ ਦੇ ਸਾਲ ਚੱਲੇ ਜਿਵੇਂ ਮੈਂ ਕਈ ਗੀਤ ਸੁਣਦਾ ਹਾਂ ਉਹਨਾਂ ਜਿਵੇਂ ਕਿ ਜਿਹੜੇ ਰਸ਼ੀਆ 'ਚ ਬੜੇ ਹਿੱਟ ਹੋਏ ਜਾਂ ਜਿਹੜੇ ਪੰਜਾਬੀ ਗੀਤ ਨੇ ਵਰਲਡਵਾਈਡ ਮੱਚ ਇਹੋ ਜਿਹੀ ਕੋਈ ਬੀਟ ਬਣਾ ਜਿਵੇਂ ਲੌਂਗ ਲਾਚੀ ਗਾਣਾ ਅਸੀਂ ਬਣਾਇਆ ਸੀਗਾ ਜਿਹੜਾ ਜਦੋਂ ਲੌਂਗ ਲਾਚੀ ਗਾਣਾ ਬਣਿਆ ਤੇ ਅੰਬਰਪਾਜੀ ਕਹਿੰਦੇ ਯਾਰ ਮੈਨੂੰ ਦੇ ਦੇ ਫਿਲਮ ਲਈ ਸੋ ਉਹਨਾਂ ਨੂੰ ਫਿਲਮ ਲਈ ਦਿੱਤਾ ਉਹਦਾ ਮੇਲ ਵਰਜ਼ਨ ਮੈਂ ਹੀ ਗਾਇਆ ਸੀਗਾ ਪਰ ਜਦੋਂ ਗਾਣਾ ਬਣਿਆ ਸੀ ਜਦੋਂ ਬਣਾਇਆ ਸੀ ਉਹ ਇੱਕ ਫੀਲ ਇੱਕ ਨਾ ਗਾਣੇ ਦਾ ਫੀਲ ਹੁੰਦਾ ਤੁਹਾਨੂੰ ਕਿ ਯਾਰ ਇਹ ਗਾਣਾ ਵਧੀਆ ਹੈ ਪਰ ਜਦੋਂ ਆਇਆ ਗਾਣਾ ਉਹ ਬਹੁਤ ਹੀ ਵਧੀਆ ਰਿਹਾ ਸੋ ਹਰ ਵਾਰੀ ਕੋਸ਼ਿਸ਼ ਰਹਿੰਦੀ ਆ ਕਿ ਗੀਤ ਉਹਦਾ ਦੇ ਬਣਾਈਏ ਜਿਹੜੇ ਜਿਵੇਂ ਟੱਪੇ ਆ ਸੈਲਫੀ ਅੱਜ ਵੀ ਨਾ ਜਿਵੇਂ ਮੈਂ ਉਹਨਾਂ ਦੀ ਇੱਕ ਆਰਟਿਸਟ ਨੂੰ ਨਾ ਉਹ ਆਉਂਦੀ YouTube ਦੀ ਈਮੇਲ ਜੀ ਜੀ ਕਿ ਤੁਹਾਡੀ ਕਿੱਦਾਂ ਚੱਲੀ ਪਰਫਾਰਮੈਂਸ ਉਹ ਅੱਜ ਵੀ ਉਹ ਸੇਮ ਉਹਦੇ ਤੇ ਚੱਲ ਰਿਹਾ ਸੇਮ ਉਹਦੇ ਉੱਤੇ ਮਤਲਬ ਤੁਸੀਂ ਉਹ ਚੰਗਾ ਹੀ ਕਰ ਰਿਹਾ ਮਤਲਬ ਅਜੇ ਵੀ ਉਹ ਲਾਈਨ ਐ ਹੀ ਆ ਉਹ ਨਾ ਐ ਜਾਂਦੀ ਆ ਨਾ ਐ ਜਾਂਦੀ ਉਹ ਐ ਹੀ ਜਾ ਰਹੀ ਲਾਈਨ ਸੋ ਆਈ ਲਵ ਕਿ ਇਦਾਂ ਹੀ ਰਹਿਣਾ ਚਾਹੀਦਾ ਜ਼ਿੰਦਗੀ 'ਚ ਆ ਜੀ ਤੇ ਹੁਣ ਵੈਸੇ 2022 ਚੜਿਆ ਹੋਇਆ ਹੈ ਪਲਾਨ ਕੀਨੇ ਕੋ ਸ਼ਬਦ ਦੇ ਐਲਬਮ ਤਾਂ ਆ ਰਹੀ ਹੈ ਠੀਕ ਹੈ ਐਲਬਮ ਤਾਂ ਸਾਰੇ ਅਸੀਂ ਬੈਕ ਸਟ ਸੁਣਨ ਵਾਲੇ ਆ ਤੇ ਬਾਅਦ 'ਚ ਦੋ ਗੀਤ ਤਾਂ ਦੇਖਣ ਨੂੰ ਵੀ ਤਿਆਰ ਨੇ ਹੈ ਨਾ ਤੇ ਉਸ ਤੋਂ ਬਾਅਦ ਕੀ ਪਲਾਨ ਹੈ ਫਿਲਮਾਂ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਐਲਬਮ ਤੋਂ ਬਾਅਦ ਜੀ ਫਿਲਮਾਂ ਲਈ ਆਪ ਜਿਵੇਂ ਆਇਆ ਸੀਗਾ ਲਾਈਕ ਕਾਫੀ ਮੀਟਿੰਗਸ ਕਰਨੀਆਂ ਜਿਉਂਕਿ ਮੈਨੂੰ ਤਿੰਨ-ਚਾਰ ਮਹੀਨੇ ਹੋ ਗਏ ਮੈਂ ਕਿਸੇ ਨੂੰ ਮਿਲਿਆ ਹੀ ਨਹੀਂ ਮੈਂ ਐਲਬਮ ਦੇ ਉੱਤੇ ਲੱਗਾ ਹੋਇਆ ਤੇ ਮੇਰੀ ਰਿਦਮ ਵੌਇਸ ਤੋਂ ਫਿਲਮਾਂ ਆਉਣਗੀਆਂ ਐਂਡ ਦੋ ਤਿੰ ਤੇ ਤਿੰਨ ਚਾਰ ਮਹੀਨੇ ਤੱਕ ਮੈਨੂੰ ਲੱਗਦਾ ਇਹਦੀਆਂ ਵੀਡੀਓਜ਼ ਬਣਾਉਂਗਾ ਜੀ ਅੱਛਾ ਸਾਡੇ ਵੀਡੀਓਜ਼ ਕਰਦੇ ਆ ਪੂਰੀਆਂ ਉਸ ਤੋਂ ਬਾਅਦ ਫਿਰ ਫਿਲਮਾਂ ਤੇ ਕੰਮ ਕਰਾਂਗਾ ਫਿਲਮਾਂ ਤੇ ਕੁਝ ਫਿਲਮਾਂ ਤਾਂ ਬਣ ਕੇ ਵੀ ਤਿਆਰ ਹੋਣਗੀਆਂ ਕੁਝ ਫਿਲਮਾਂ ਰੈਡੀ ਨੇ ਹਾਂ ਜਿਵੇਂ ਗੋਲਗ ਬੁਗਣੀ ਰੈਡੀ ਆ ਟੂ ਐਂਡ ਸਾਡੇ ਜੋੜੀ ਆ ਰਹੀ ਆ ਉਹ ਵੀ ਰੈਡੀ ਆ ਸੋ ਮਤਲਬ ਉਹਦੇ ਵਿੱਚ ਪਹਿਲੇ ਦੋ ਫਿਲਮਾਂ ਤਾਂ ਆਈ ਜਾਣਗੀਆਂ ਹੈਨਾ हां मतलब ओदे विच मेरे गीत होनगे मैं हां गोलक बुग्नी इस बार फीचरिंग नहीं आएगी नहीं 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 आ के गी। गीत ही है मिस करंगे ऐसे सी थोनू मैं अगली फिल्म च केचे आ जांगे अरे वाह जी 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 दी नाल जवें हुन फिल्मा दी गल है ओदे विच ने एक जेड़ा ਤੁਹਾਡੇ ਕਨੈਕਸ਼ਨ ਜਿਹੜਾ ਸਾਨੂੰ ਸਕਰੀਨ ਤੇ ਦਿਖਦਾ ਉਹ ਅਮਰਿੰਦਰ ਵੀਰੇ ਨਾਲ ਹੈ ਹੈਨਾ ਕਿਉਂਕਿ ਅਮਰਿੰਦਰ ਵੀਰਾ ਕੁਛ ਟਾਈਮ ਤੋਂ ਤਾਂ ਸਾਡੇ ਵਾਸਤੇ ਗਾਇਬ ਹੋਇਆ ਪਿਆ ਉਹ ਮਿਲਦੇ ਬਹੁਤ ਘੱਟ ਨੇ ਹੈਨਾ ਤੋਂ ਬਹੁਤ ਜ਼ਰਾ ਆਈਸੋਲੇਟ ਨੇ ਉਹਨਾਂ ਨੂੰ ਐਲਬਮ कैसी लगी ਤੇ ਉਹਨਾਂ ਨੂੰ ਲਾਈਕ ਤੁਹਾਡੀ ਤਾਂ ਪੁਰਾਣੀ ਸਾਂਝ ਉਹਨਾਂ ਨਾਲ ਤੇ ਤੁਹਾਡੀ ਗ੍ਰੋਥ ਉਹਨਾਂ ਨੂੰ कैसी लगी ਤੇ ਬਿਲਕੁਲ ਜਿਹੜਾ دیਵਾਨਾ ਗਾਣਾ ਮੈਂ ਤੇ ਭਾਜੀ ਨੇ ਇਕੱਠਿਆਂ ਹੀ ਬਣਾਇਆ ਸੀਗਾ ਅਸੀਂ ਇਦਾਂ 3 ਜਦੋਂ ਸ਼ੂਟ ਕਰ ਰਹੇ ਸੀ ਤੇ ਇਦਾਂ ਬੀਟ ਲਾ ਕੇ ਤੇ ਇੱਕ ਮਤਲਬ ਇੱਕ ਕੰਪੋਜੀਸ਼ਨ ਜਿਹਵੇਂ ਅਸੀਂ ਇਕੱਠਿਆਂ ਨੇ ਬਣਾਈ ਸੀਗੀ ਫਿਰ ਮੈਂ ਡੀਨ ਨੂੰ ਭੇਜਿਆ ਡੀਨ ਨੇ ਲੈ ਕੇ ਭੇਜਿਆ ਭਾਜੀ ਨੂੰ ਵੀ ਬਹੁਤ ਪਸੰਦ ਆਇਆ ਗੀਤ ਜੀ ਸੋ ਇਹ ਗੀਤ ਉਹਨਾਂ ਨੂੰ ਬਹੁਤ ਪਸੰਦ ਆਇਆ ਜਾ ਸਕਦਾ ਕਿਸੇ ਵੀਡੀਓ ਦੇ ਵਿੱਚ ਫੀਚਰ ਵੀ ਦਿਖ ਜਾਣ ਤੁਹਾਨੂੰ ਹੈ ਬਿਲਕੁਲ ਇਨਸ਼ਾ ਅੱਲਾਹ ਦੇਖਦੇ ਆ ਕੀ ਬਾਤ ਹੈ ਜੀ ਜੀ ਸ਼ੂ ਆਲ ਦਾ ਬੈਸਟ ਵੇਅਰ ਤੇ ਉਮੀਦ ਕਰਦੇ ਆ ਕਿ ਸਾਲ 2022 ਚ ਬਹੁਤ ਸਾਰਾ ਪਿਆਰ ਮਿਲੇ ਤੇ ਆਉਂਦੇ ਜਾਂਦੇ ਮਿਲ ਲਿਆ ਕਰੇ ਮਿਲਦੇ ਹੀ ਗਰੂਰ ਮਿਲਦੇ ਆ ਥੈਂਕ ਯੂ ਜੀ ਥੈਂਕ ਯੂ ਸੋ ਮਚ ਕੀ ਬਾਤ ਹੈ ਫਿਲਹਾਲ ਇਸ ਜੀ ਗੁਰਸ਼ਬ ਜੋ ਕਿ ਆਪਣੇ 뮤직 ਦੇ ਨਾਲ ਸਭ ਨੂੰ ਖੂਬ ਐਂਟਰਟੇਨ ਕਰ ਰਹੇ ਨੇ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਨੇ ਉਹਦੇ ਵਿੱਚ ਇਹਨਾਂ ਦਾ 뮤직 ਹੋਏਗਾ ਤੇ ਇਹਨਾਂ ਦੀ ਫੀਚਰਿੰਗ ਦਾ ਵੀ ਫਿਲਮਾਂ ਦੇ ਵਿੱਚ ਸਾਨੂੰ ਇੰਤਜ਼ਾਰ ਜ਼ਰੂਰ ਰਹੇਗਾ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ